ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ 'ਤੇ। ਅੱਜ ਆਪਾਂ ਬਣਾ ਰਹੇ ਹਾਂ ਜੀ ਬੇਸਣ ਪਿਆਜ਼ ਵਾਲਾ ਪਰਾਂਠਾ। ਸ਼ਾਇਦ ਤੁਸੀਂ ਇਸ ਤਰ੍ਹਾਂ ਦਾ ਪਰਾਂਠਾ ਪਹਿਲਾਂ ਕਦੇ ਨਾ ਬਣਾਇਆ ਹੋਵੇ, ਪਰ ਜੇ ਇਸ ਵੀਡੀਓ ਨੂੰ ਦੇਖ ਕੇ ਬਣਾ ਲਉਂਗੇ ਤਾਂ ਵਾਰ ਵਾਰ ਇਹੀ ਪਰਾਂਠਾ ਬਣਾਓਗੇ ਤੁਸੀਂ, ਕਿਉਂਕਿ ਇਹ ਬਾਹਰੋਂ ਬਹੁਤ ਕ੍ਰਿਸਪੀ ਅਤੇ ਅੰਦਰੋਂ ਬਹੁਤ ਨਰਮ ਬਣਦਾ ਅਤੇ ਟੇਸਟ ਵੀ ਬਹੁਤ ਬਣਦਾ। ਅਤੇ ਹੁਣ ਜੀ ਆਪਾਂ ਇਹਦਾ ਆਟਾ ਗੁੰਨਾਂਗੇ। ਇਸ ਤਰ੍ਹਾਂ ਦੇ ਪਰੌਂਠੇ ਦਾ ਆਟਾ ਜਦੋਂ ਆਪਾਂ ਗੁੰਨਦੇ ਹਾਂ ਜਿਹਦੇ ਵਿੱਚ ਕੋਈ ਸਟਫਿੰਗ ਭਰਨੀ ਹੋਵੇ, ਤਾਂ ਆਪਾਂ ਹਮੇਸ਼ਾ ਜਿਹੜਾ ਨਮਕ ਜ਼ਰੂਰ ਪਾਉਂਦੇ ਹਾਂ ਪਰੌਂਠੇ ਦੇ ਵਿੱਚ, ਵੀ ਜਿਹੜਾ ਪਰੌਂਠਾ ਉਹ ਆਪਾਂ ਨੂੰ ਥੋੜ੍ਹਾ ਨਮਕੀਨ ਲੱਗੇ, ਕਿਉਂਕਿ ਸਟਫਿੰਗ ਦੇ ਵਿੱਚ ਤਾਂ ਆਪਾਂ ਨਮਕ ਮਿਰਚ ਪਾ ਹੀ ਲੈਂਦੇ ਹੁੰਦੇ ਹਾਂ। ਅਤੇ ਇਹਨੂੰ ਆਪਾਂ ਨੋਰਮਲ ਜਿਸ ਤਰ੍ਹਾਂ ਰੋਟੀ ਵਾਲਾ ਆਟਾ ਗੁੰਨਦੇ ਹਾਂ ਉਸ ਤਰ੍ਹਾਂ ਹੀ ਗੁੰਨਾਂਗੇ। ਪਰ ਭਾਜਾ ਵੀ ਪਰੌਂਠੇ ਖਾਣ ਦਾ ਮਾਰਾ ਰਿਹਾ ਅੱਜ ਘਰੇ, ਪਰੌਂਠੇ ਖਾਊਂਗਾ ਲੈ ਹੈਂ, ਮੈਂ ਤਾਂ ਭੇਜ ਦੇਣਾ ਜੀ ਤੈਨੂੰ ਸਕੂਲ। ਅੱਗ ਦੇ ਨੇੜੇ ਨਾ ਬੈਠੋ ਪੁੱਤ, ਅੱਗ ਵਾਲੀ ਹੈ ਸੇਕ ਵਾਲਾ। ਪਰਾਂਠੇ ਬਣਾਉਣ ਲਈ ਆਪਾਂ ਆਟਾ ਬਿਲਕੁਲ ਨਰਮ ਗੁੰਨਣਾ, ਬਹੁਤ ਜ਼ਿਆਦਾ ਵਧੀਆ ਮੁੱਕੀ ਦੇ ਕੇ ਪਰੌਂਠੇ ਨੂੰ ਹੈ ਜਿਹੜਾ ਮਲਾਈਦਾਰ ਨਰਮ ਨਰਮ ਗੁੰਨਣਾ। ਅਤੇ ਹੁਣ ਇੱਥੇ ਇੱਕ ਆਪਾਂ ਕੜਾਹੀ ਲੈ ਲਈ ਹੈ, ਕੜਾਹੀ ਦੇ ਵਿੱਚ ਹੈ ਜਿਹੜੀ ਆਪਾਂ ਇਹਦੀ ਸਟਫਿੰਗ ਤਿਆਰ ਕਰਨੀ ਹੈ। ਸਟਫਿੰਗ ਤਿਆਰ ਕਰਨ ਵਾਸਤੇ ਆਪਾਂ ਕੋਈ ਵੀ ਘਿਓ ਵਰਤ ਸਕਦੇ ਹਾਂ, ਮੈਂ ਇੱਥੇ ਬਟਰ ਦਾ ਯੂਜ਼ ਕੀਤਾ ਹੈ, ਮੱਖਣ ਦਾ ਯੂਜ਼ ਕੀਤਾ। ਇਹਦੇ ਵਿੱਚ ਆਪਾਂ ਪਾਵਾਂਗੇ ਥੋੜ੍ਹਾ ਜਿਹਾ ਜੀਰਾ। ਜੀਰੇ ਨੂੰ ਚੰਗੀ ਤਰ੍ਹਾਂ ਫਰਾਈ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਕੱਟੀ ਹੋਈ ਹਰੀ ਮਿਰਚ, ਜੋ ਕਿ ਤੁਸੀਂ ਟੇਸਟ ਦੇ ਹਿਸਾਬ ਨਾਲ ਲੈਣੀ ਹੈ, ਜਿੰਨੀ ਕੁ ਤੁਸੀਂ ਖਾਣੀ ਹੈ, ਜਿੰਨੇ ਕੁ ਪਰੌਂਠੇ ਬਣਾ ਰਹੇ ਹੋ। ਥੋੜ੍ਹਾ ਜਿਹਾ ਆਪਾਂ ਅਦਰਕ ਦੇ ਬਰੀਕ ਜਿਹੜੇ ਟੁਕੜੇ ਹੈ ਉਹ ਲੈਤੇ ਆ। ਤੁਸੀਂ ਇੱਥੇ ਲਸਣ ਦਾ ਯੂਜ਼ ਵੀ ਕਰ ਸਕਦੇ ਹੋ, ਗਾਰਲਿਕ ਦਾ, ਬਟ ਮੈਨੂੰ ਤਾਂ ਟੇਸਟ ਪਸੰਦ ਨਹੀਂ, ਇਸ ਕਰਕੇ ਮੈਂ ਨਹੀਂ ਵਰਤਿਆ। ਹੁਣ ਇਹਦੇ ਵਿੱਚ ਥੋੜ੍ਹੀ ਜਿਹੀ ਅਜਵੈਣ ਪਾਵਾਂਗੇ ਆਪਾਂ, ਅਜਵੈਣ ਹਾਜ਼ਮੇ ਲਈ ਵੀ ਚੰਗੀ ਹੁੰਦੀ ਹੈ ਅਤੇ ਇਹਦਾ ਟੇਸਟ ਵੀ ਹੈ ਜਿਹੜਾ ਸਟਫਿੰਗ ਦੇ ਵਿੱਚ ਅਤੇ ਪਰਾਂਠਿਆਂ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਆਊਗਾ। ਹੁਣ ਚੰਗੀ ਤਰ੍ਹਾਂ ਆਪਾਂ ਇਹਨੂੰ ਫਰਾਈ ਕਰਾਂਗੇ ਸਾਰੀਆਂ ਚੀਜ਼ਾਂ ਨੂੰ, ਉਹ ਵੀ ਬਿਲਕੁਲ ਮੱਠੀ ਮੱਠੀ ਅੱਗ 'ਤੇ। ਕੋਈ ਵੀ ਚੀਜ਼ ਆ ਜਿਹੜੀ ਉਹ ਮੱਚਣੀ ਨਹੀਂ ਚਾਹੀਦੀ ਜ਼ਿਆਦਾ। ਹੁਣ ਸਾਰੀਆਂ ਚੀਜ਼ਾਂ ਨੂੰ ਭੁੰਨਣ ਤੋਂ ਬਾਅਦ ਇੱਕ ਮੀਡੀਅਮ ਸਾਈਜ਼ ਦਾ ਆਪਾਂ ਪਿਆਜ਼ ਕੱਟਿਆ ਸੀ, ਬਿਲਕੁਲ ਬਰੀਕ ਬਰੀਕ ਕੱਟਿਆ ਸੀ, ਤਾਂ ਇਹਦੇ ਵਿੱਚ ਆਪਾਂ ਪਿਆਜ਼ ਪਾ ਦੇਵਾਂਗੇ। ਅਤੇ ਪਿਆਜ਼ ਦੇ ਨਾਲ ਨਾਲ ਹੀ ਆਪਾਂ ਇਹਦੇ ਵਿੱਚ ਹੈ ਜਿਹੜੀ ਮੇਨ ਚੀਜ਼ ਆਪਣੇ ਪਰਾਂਠਿਆਂ ਦੀ ਉਹ ਹੈਗਾ ਬੇਸਣ, ਤਾਂ ਆਪਾਂ ਬੇਸਣ ਦੇ ਵੀ 2 ਤੋਂ 3 ਚਮਚ ਹੈ ਜਿਹੜੇ ਉਹ ਵੀ ਐਡ ਕਰ ਦੇਵਾਂਗੇ। ਤੁਸੀਂ ਪਹਿਲਾਂ ਵੀ ਇਕੱਲੇ ਬੇਸਣ ਨੂੰ ਇਹਨਾਂ 3 ਚੀਜ਼ਾਂ ਦੇ ਵਿੱਚ ਭੁੰਨ ਕੇ ਬਾਅਦ ਵਿੱਚ ਵੀ ਪਿਆਜ਼ ਪਾ ਸਕਦੇ ਹੋ, ਪਰ ਮੈਂ ਪਿਆਜ਼ ਦੇ ਨਾਲ ਨਾਲ ਹੀ ਬੇਸਣ ਨੂੰ ਭੁੰਨੂੰਗੀ। ਬੇਸਣ ਨੂੰ ਇਸ ਤਰ੍ਹਾਂ ਚਲਾਉਂਦੇ ਹੋਏ ਭੁੰਨੀ ਜਾਣਾ ਤੁਸੀਂ, ਵੀ ਇਹਦੇ ਵਿੱਚ ਕੋਈ ਗੰਢ ਨਾ ਬਣੇ, ਵੀ ਬੇਸਣ ਕੱਚਾ ਨਾ ਰਹਿ ਜੇ। ਤਾਂ ਤੁਸੀਂ ਚੰਗੀ ਤਰ੍ਹਾਂ ਜਿਹੜਾ ਹਿਲਾਉਂਦੇ ਹੋਏ ਇਸ ਤਰ੍ਹਾਂ ਬੇਸਣ ਨੂੰ ਭੁੰਨਣਾ ਗਾ। ਜਦੋਂ ਥੋੜ੍ਹਾ ਥੋੜ੍ਹਾ ਬੇਸਣ ਦਾ ਕਲਰ ਹੈ ਜਿਹੜਾ ਚੇਂਜ ਹੋ ਗਿਆ ਅਤੇ ਤੁਹਾਨੂੰ ਖੁਸ਼ਬੂ ਆਉਣ ਲੱਗ ਗਈ ਵੀ ਬੇਸਣ ਹੈ ਜਿਹੜਾ ਭੁੱਜ ਚੁੱਕਿਆ, ਉਦੋਂ ਤੱਕ ਤੁਸੀਂ ਬੇਸਣ ਨੂੰ ਜਿਹੜਾ ਭੁੰਨਣਾ ਗਾ। ਹੁਣ ਆਪਾਂ ਬੇਸਣ ਨੂੰ ਭੁੰਨ ਲਿਆ ਜੀ, ਤਾਂ ਹੁਣ ਇਹਦੇ ਵਿੱਚ ਆਪਾਂ ਟੇਸਟ ਦੇ ਹਿਸਾਬ ਨਾਲ ਜਿੰਨਾ ਕੁ ਆਪਾਂ ਖਾਵਾਂਗੇ ਸਵਾਦ ਅਨੁਸਾਰ ਨਮਕ ਪਾਵਾਂਗੇ। ਇਹ ਤਾਂ ਤੁਸੀਂ ਕਾਲਾ ਨਮਕ ਜਾਂ ਚਿੱਟਾ ਨਮਕ ਜੋ ਵੀ ਤੁਹਾਨੂੰ ਪਸੰਦ ਹੈ ਤੁਸੀਂ ਪਰਾਂਠਿਆਂ ਦੀ ਸਟਫਿੰਗ ਦੇ ਵਿੱਚ ਪਾ ਸਕਦੇ ਹੋ, ਥੋੜ੍ਹੀ ਜਿਹੀ ਹਲਦੀ ਅਤੇ ਥੋੜ੍ਹਾ ਜਿਹਾ ਗਰਮ ਮਸਾਲਾ। ਤੁਸੀਂ ਇੱਥੇ ਆਮਚੂਰ ਪਾਊਡਰ, ਅਨਾਰਦਾਣਾ, ਜੋ ਤੁਹਾਨੂੰ ਟੇਸਟ ਪਸੰਦ ਹੈ ਉਹ ਵੀ ਐਡ ਕਰ ਸਕਦੇ ਹੋ। ਹੁਣ ਆਪਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ। ਹੈਲਪ ਕਰਦੇ ਕਰਦੇ ਨੇ ਅੱਗ ਜ਼ਿਆਦਾ ਮਚਾ ਗਏ, ਹੁਣ ਤਾਂ ਮੱਚ ਜਾਂਦੀ ਹਰ ਪਣਾ। ਅਤੇ ਮਸਾਲਾ ਜੀ ਆਪਣਾ ਪਰੌਂਠਿਆਂ ਵਾਸਤੇ ਹੋ ਗਿਆ ਤਿਆਰ। ਅਤੇ ਹੁਣ ਆਪਾਂ ਚਵਾਵਾਂਗੇ ਹਰਾ ਧਨੀਆ। ਤੁਸੀਂ ਪੁਦੀਨਾ ਸੁੱਕਿਆ ਜਾਂ ਫਰੈਸ਼ ਪੁਦੀਨਾ ਜਾਂ ਮੇਥੀ, ਜੋ ਵੀ ਚੀਜ਼ਾਂ ਘਰੇ ਹੈਗੀਆਂ ਨੇ ਅਤੇ ਉਹ ਪਾ ਸਕਦੇ। ਸ਼ਰਪਾ ਪਾ ਦਿਆ ਜੀ ਧਨੀਆ, ਇਹਨੂੰ ਮਿਲਾ ਦਿਆਂਗੇ ਅਤੇ ਇਹ ਸਟਫਿੰਗ ਤਿਆਰ ਹੋ ਗਈ ਆਪਣੇ ਬੇਸਣ ਪਿਆਜ਼ ਵਾਲੇ ਪਰੌਂਠਿਆਂ ਦੀ। ਚੰਗੀ ਤਰ੍ਹਾਂ ਭੁੰਨਣੇ ਆ ਮਸਾਲੇ। ਅਤੇ ਹਾਂਜੀ ਆਪਾਂ ਪਰੌਂਠੇ ਬਣਾਉਣੇ ਆ, ਬਸ ਆਪਾਂ ਇਹ ਆਟਾ ਗੁੰਨ ਕੇ ਰੱਖ ਦਿੰਦੇ ਹਾਂ ਇੱਕ ਵਾਰੀ ਹੋਰ ਮੁੱਖੀ ਦੇ ਲਈ, ਜਿੰਨੇ ਕੁ ਸਾਈਜ਼ ਦੇ ਬਣਾਉਣੇ ਆ ਨਾ ਪਰੌਂਠੇ।
आप चौरस बना सकते हैं, गोल परौंठे जिमें रोटी वगू बना सकते हो। मैं इन्ना पेड़ा लै लेना तो इदू छोटा भी पेड़ा कर सकते, बड़ा व्डा नहीं। तो इन किनारियों तो पतला करा जो आप पेड़े भनते हैं, फिर जो आप स्टफिंग भरते हैं ना तो फिर परौंठा जोड़ा भी वह फटदा नहीं गा, तो जी स्टफिंग होंगी वह भी नहीं निकलती। भन के थोड़ा जहा वेल लाँगे रोटी, आप वेल लाँगे रोटी इस तरह इन्ना क, तो इन किनारियों तो पतला वेलना है इस तरह, किनारियां पतलियां करनिया। तो हम आप जिनी स्टफिंग थोड़ा पसंद आई है ना इन्नी एक परौंठे के भरनी है, तो वह आप पा लेंगे। हम इन बंद किमें करना है इस तरीके, जिमें आप आलू के परौंठे भी कई बार बंद करते होंगे है ना, गोल गोल घुमाते हैं ना रोटी नू। इस तरह इन लॉक कर देंगे, तो नप के चंगी तरह देखो, ज़्यादा भी दबा नहीं पाना। तो हम इन पनीठड़ ला के फिर वेल लाँगे, हल्के हल्के हथ हत्था नाल वेल लेना आप, परौंठा भी बाली दाब नहीं देनी गी उत्ते, फिर फट सकता है। कोई गल नहीं, जो गोल ना बने तो गोल के चक्कर जो तुम कहो कि भी आप जमा परौंठे गोल जो वह वधिया शेप बनानी है, फिर वह फट भी सकता है। लो जी परौंठा हो गया तैयार, तवा भी हो गया अपना गर्म, गर्म गर्म तवे पर पाएंगे परौंठा। परौंठे पलटा भी ओहो थोड़ा जहा हो गया, अच्छे तरीके ने चंगी तरीके पलटा गया, फिर इन्हें मखनी लावे तीन कोई भी घ्यो जिड़े ज बनाने है ना वो बना लेने, फिर आप दूजे पास पलट देंगे। नॉर्मल जिम्मे आप दूजे परौंठे आलू दिन होर परौंठे बनाने उन्हें बना, सोहना बने खाने वास्ते तैयार है। दही खा, दही वीडियो बन दी है, दही खा, दही ना वर्की ला, दही तो बिना वर्की वीडियो च तक दही खा लिया कर, तू तो नहीं खानी किवें है जी किन्ने वधिया क्रिस्पी क्रिस्पी ते स्टफिंग भी किन्नी वधिया तैयार हुई है। परौंठे बहुत ज्यादा टेस्टी बनते ने ही, ते तुसी ट्राई करन तो बाद मैनू कमेंट बॉक्स दे विच जरूर कमेंट करके दस्यो भी ये वाले परौंठे किवें बने। जे तुहानू मेरियां रेसिपीज़ पसंद आउंदियां ने तां तुसी इस वीडियो नू अगे शेयर जरूर कर सकदे हो जी अपने फ्रेंड्स नाल ते फैमिली मैंबर नाल सारे ना, ते अपने चैनल नू सबसक्राइब जरूर कर लियो जी, ते बैल आइकन नू जरूर नप लियो भी जो भी अपनी नवी वीडियो होया करे उहदा नोटिफिकेशन है जिहड़ा सब तो पहला तुहाडे कोल पहुंचया करे, ते तुसी कोई भी वीडियो मिस ना करो।